ਫੋਟੋਆਂ ਦੀ ਬਾਰੇ ਤਾਂ ਜਿਹੜੀਆਂ ਗੱਲਾਂ ਕੱਲ੍ਹ ਚੱਲੀਆਂ ਨੇ, ਆਪਾਂ ਤਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਹੇ ਹਾਂ ਵੀ ਇਹ ਜਿਹੜੀ ਵਜ੍ਹਾ ਹੈ। ਦੇਖੋ ਸਾਡੇ ਦੋ ਹੀ ਫੀਲਡ ਸੀਗੇ, ਜਾਂ ਪੋਲਿਟਿਕਸ ਦਾ ਸੀ ਜਾਂ ਸਿੰਗਿੰਗ ਦਾ ਸੀ, ਦੋਨੋਂ ਫੀਲਡਾਂ 'ਚੋਂ ਹੀ ਕਿਸੇ ਨੇ ਸਾਸ਼ਤਾ ਰਚੀ ਹੈ, ਹੈ ਨਾ। ਅਸੀਂ ਤਾਂ ਉੱਦਣ ਦੀ ਗੱਲ ਕਹਿ ਰਹੇ, ਪਰੰਤੂ ਸਰਕਾਰ ਜਿਹੜੀ ਹੈਗੀ ਉਹ ਗੈਂਗਵਾਰ ਤੋਂ ਪਾਸੇ ਜਾਣੇ ਨਹੀਂ ਚਾਹੁੰਦੀ। ਤਾਂ ਜੇ ਇਸ ਗੱਲ ਦੀ ਗੰਭੀਰਤਾ ਦੇ ਨਾਲ ਜਿਹੜੀ ਹੈ ਪੜਤਾਲ ਕੀਤੀ ਜਾਵੇ ਤਾਂ ਸੱਚ ਆਪਣੇ ਆਪ ਸਾਹਮਣੇ ਆ ਜਾਣਾ। ਹੁਣ ਆਪਣੇ ਆਪ ਹੀ ਗੱਲ ਉੱਧਰ ਨੂੰ ਜਾ ਤਾਂ ਰਹੀ ਹੈ, ਅਤੇ ਜੇ ਕੋਸ਼ਿਸ਼ ਕਰਨ ਤਾਂ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜੂਗਾ ਸਾਰਾ। ਬਾਈ ਜੀ, ਤੁਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆਏ ਹੋ ਪੁਲਿਸ ਨੇ ਬੱਬੂ ਮਾਨ ਵੀ ਬੁਲਾਇਆ, ਮਨਕੀਰ ਤੌਲਖ ਵੀ ਬੁਲਾਇਆ, ਨਿਸ਼ਾਨ ਵੀ ਬੁਲਾਇਆ, ਪਰ ਉਹ 'ਚੋਂ ਨਿਕਲਿਆ ਕੁਛ ਨਹੀਂ, ਅਤੇ ਵਾਰ ਵਾਰ ਲੱਗਦਾ ਨਹੀਂ ਕਿ ਉਸਦੀ ਤਫਤੀਸ਼ ਹੈ ਜਿਹੜੀ ਸਹੀ ਹੋਣੀ ਚਾਹੀਦੀ ਸੀ। ਦੇਖੋ ਹੁਣ ਇਹ ਤਾਂ ਪੁਲਿਸ ਦੱਸ ਸਕਦੀ ਹੈ ਵੀ ਉਹਦੇ 'ਚੋਂ ਕੁਛ ਨਿਕਲਿਆ ਜਾਂ ਨਹੀਂ ਨਿਕਲਿਆ, ਹੈ ਨਾ। ਤਾਂ ਜਾਂ ਉਹਨੂੰ ਦੁਬਾਰੇ ਬੁਲਾਉਣਗੇ ਜਾਂ ਕਿੱਦਾਂ, ਮਤਲਬ ਉਹਦੇ ਬਾਰੇ ਹੁਣ ਜੋ ਕੋਈ ਆਪਣਾ ਮਹਿਕਮੇ ਵੱਲੋਂ ਦੱਸਿਆ ਜਾਊਗਾ ਤਾਂ ਆਪਾਂ ਤੁਹਾਡੇ ਕੋਲ ਕੋਈ ਬਿਆਨ ਦੇ ਸਕਦੇ ਹਾਂ, ਹੈ ਨਾ। ਹਾਲੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੋ ਸਕਦੀ ਹੈ ਇਹ ਗੱਲ। ਅਤੇ ਜਿਸ ਤਰ੍ਹਾਂ ਬਾਈ ਜੀ ਫੋਟੋਆਂ ਆਈਆਂ ਨੇ ਕੱਲ੍ਹ, ਲੱਗਦਾ ਨਹੀਂ ਕਿ ਜਿਵੇਂ ਦੇਸ਼ ਨਾਲ ਕੋਈ ਜੰਗ ਲੱਗਣ ਦੇ ਇਸ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਉਹ 'ਚ ਫੋਟੋਆਂ 'ਚ ਲੱਗਦਾ ਹੈਗਾ? ਬਿਲਕੁਲ, ਤੁਸੀਂ ਇਕੱਲੀਆਂ ਵੈਪਨਾਂ ਦੀਆਂ ਫੋਟੋਆਂ ਨਾ ਲਓ, ਉਹਨਾਂ ਨੇ ਜੋ ਇੱਕ ਧਾਰਮਿਕ ਪ੍ਰਵਿਰਤੀ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਉਹਨਾਂ ਦੇ ਮੱਥੇ 'ਤੇ ਲੱਗੇ ਤਿਲਕ ਵੀ ਦੇਖੋ। ਕਿਉਂਕਿ ਮੇਰਾ ਮੰਨਣਾ ਤਾਂ ਹੈਗਾ ਵੀ ਬਦਮਾਸ਼ ਦਾ ਕੋਈ ਧਰਮ ਨਹੀਂ ਹੁੰਦਾ, ਹੈ ਨਾ, ਪਰ ਉਹਨਾਂ ਨੇ ਇਸ ਚੀਜ਼ ਦਾ ਫਾਇਦਾ ਚੱਕਣ ਲਈ ਪੂਰੀ ਕੋਸ਼ਿਸ਼ ਕੀਤੀ ਹੈ ਆਪਣੇ ਆਪ ਨੂੰ ਧਰਮ ਦਾ ਜਾਂ ਗਊਸ਼ਾਲਾ ਖੋਲ੍ਹਣ ਦਾ। ਇਹ ਪੂਰਾ ਡਰਾਮਾ ਕਰ ਰਹੇ ਨੇ, ਲਾਰੈਂਸ ਵੀ ਕਰ ਰਿਹਾ ਔਰ ਉਹਦੇ ਸਾਥੀ ਵੀ ਉਸੇ ਰਾਹ 'ਤੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਸਾਰੇ। ਤਾਂ ਸਾਰਾ ਹੀ ਦੇਖਣ ਨੂੰ ਤਾਂ ਪ੍ਰੋਗਰਾਮ ਪ੍ਰੀ ਪਲਾਨ ਜਿਹਾ ਲੱਗਦਾ ਹੈ, ਪਰ ਸਰਕਾਰ ਗੰਭੀਰਤਾ ਨਾਲ ਜਾਂਚ ਕਰੇ ਤਾਂ ਗੱਲ ਕਲੀਅਰ ਹੋ ਸਕਦੀ ਹੈ। NIA ਇਸ ਰਸਤੇ 'ਤੇ ਪਈ ਹੈ, ਮੈਨੂੰ ਉਮੀਦਾਂ ਨੇ ਉਹਨਾਂ ਤੋਂ ਵੀ ਸ਼ਾਇਦ ਉਹ ਕੋਈ ਨਾ ਕੋਈ ਗੱਲ ਨੂੰ ਜ਼ਰੂਰ ਕੱਢਣਗੇ। ਲੱਗਦਾ ਨਹੀਂ ਵੀ ਜਿਹੜੀਆਂ ਟ੍ਰੇਨਿੰਗ ਜਿਵੇਂ ਇੱਕ ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਉਵੇਂ ਟ੍ਰੇਨਿੰਗ ਹੋ ਰਹੀ ਹੈ ਗੈਂਗਸਟਰਾਂ ਦੀ, ਕਿਵੇਂ ਦੇਖਦੇ ਹੋ ਹਾਲਾਤ ਪੰਜਾਬ ਦੇ ਇੰਡੀਆ ਦੇ? ਭਰਤੀ ਵੀ ਉਹ ਪੈਸੇ ਦੇ ਕੇ ਕਰ ਰਹੇ ਆ, ਜਿਸ ਤਰ੍ਹਾਂ ਮੁਲਾਜ਼ਮ ਭਰਤੀ ਕਰੇ ਇਸ ਤਰ੍ਹਾਂ ਦੀ ਇੱਕ ਫੌਜ ਹੈ ਜਿਹੜੀ ਲਾਰੈਂਸ। ਜਦੋਂ ਉਹਨਾਂ ਕੋਲ ਪੈਸਾ NIA ਦੀ ਜਿਹੜੀ ਹੈ ਜਾਂਚ ਨੇ ਕਲੀਅਰ ਕਰ ਹੀ ਦਿੱਤਾ ਵੀ ਲਾਰੈਂਸ ਹੈ ਜਿਹੜਾ ਮਹੀਨੇ ਦਾ 5 ਕਰੋੜ ਰੁਪਈਆ ਕਮਾ ਰਿਹਾ, ਤਾਂ ਫਿਰ ਉਹ ਭਰਤੀ ਕਰਨਗੇ ਬੇਟਾ। ਉਹ ਭ੍ਰਿਸ਼ਟਾਚਾਰ ਵੀ ਆ ਸਾਡੇ ਪੁਲਿਸ ਤੰਤਰ ਨੂੰ, ਸਾਡੇ ਸਿਸਟਮ ਨੂੰ ਖਰੀਦਣ ਦੀ ਕੋਸ਼ਿਸ਼ ਵੀ ਕਰਨਗੇ। ਇਹੀ ਚੀਜ਼ਾਂ ਦੀ ਤਾਂ ਚਿੰਤਾ ਕਰ ਰਹੇ ਹਾਂ। ਇਹਦੇ ਉੱਤੇ ਕੋਈ ਪੋਲੀਟੀਕਲ ਲੀਡਰ ਕਿਉਂ ਨਹੀਂ ਬੋਲਦਾ, ਸਮਝ ਨਹੀਂ ਆਉਂਦੀ ਵੀ ਇੰਨਾ ਵੱਡਾ ਉਹਦਾ ਮਾਨ ਸਾਹਿਬ ਕਿੰਨਾ ਰੌਲਾ ਪਾਉਂਦੇ ਆ। ਜੇ ਜੀ ਅਸੀਂ ਕੋਈ ਪਟਵਾਰੀ ਫੜ ਲਿਆ, ਕੋਈ ਅਸੀਂ ਥਾਣੇਦਾਰੀ SI ਫੜ ਲਿਆ, ਰਿਸ਼ਵਤ ਲੈਂਦਾ ਜੀ, ਹੈ ਨਾ, ਇੱਕ ਅੱਧੇ ਨੂੰ ਰੋਜ਼ ਇਹ ਬਲੀ ਦਾ ਬੱਕਰਾ ਬਣਾਈ ਰੱਖਦੇ ਆ। ਪਰ ਆਹ 5 ਕਰੋੜ ਰੁਪਏ ਦਾ ਮਸਲਾ ਪਰ ਮੰਥ ਦਾ ਹੈ, ਬੜੇ ਸਿਸਟੇਮੈਟਿਕ ਤਰੀਕੇ ਦੇ ਨਾਲ ਇਹ ਸਾਰਾ ਕਰ ਰਹੇ ਨੇ, ਪਰ ਇਹਦੇ ਬਾਰੇ ਕਿਉਂ ਨਹੀਂ ਸਰਕਾਰ ਗੰਭੀਰ ਹੁੰਦੀ ਜਾਂ ਸੈਂਟਰ ਸਰਕਾਰ ਗੰਭੀਰ ਹੁੰਦੀ ਇਹਦੇ ਬਾਰੇ? ਤਾਂ ਫਿਰ ਉਹ ਭਰਤੀਆਂ ਕਰਨਗੇ ਬੇਟਾ ਸਾਰੀ ਗੱਲ। ਜਿਹੜੀ ਜਿਹਦੇ ਕੋਲ ਪੈਸਾ ਹੈ ਉਹ ਪੈਸੇ ਦੇ ਨਾਲ ਉਹ ਆਪਣੀ ਪਾਵਰ ਤਾਂ ਜਟਾਉਣਗੇ ਕਿਤੋਂ ਨਾ ਕਿਤੋਂ।